ਸਟੂਡੈਂਟਸ ਵੈਲਕਮ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਸਕੂਲ ਪਰਸਨਲ ਦੇ ਨਾਲ ਰਿਲੇਟਡ ਹੈਡਮਾਸਟਰ ਤੇ ਟੀਚਰ ਦੇ ਨਾਲ ਰਿਲੇਟਡ ਜਿਹੜੀਆਂ ਵੀਡੀਓਜ਼ ਨੇ ਅਪਲੋਡ ਕਰ ਚੁੱਕੇ ਹਾਂ ਅੱਜ ਅਸੀਂ ਕਰਾਂਗੇ ਕੁਆਲਿਟੀਜ਼ ਆਫ ਅ ਸਟੂਡੈਂਟ ਇੱਕ ਜਿਹੜਾ ਚੰਗਾ ਵਿਦਿਆਰਥੀ ਉਹਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਗੁਣ ਨੇ ਹੋਣੇ ਜ਼ਰੂਰੀ ਨੇ ਸਭ ਤੋਂ ਪਹਿਲਾਂ ਹੈ ਸੈਲਫ ਡਿਸਿਪਲਨ ਜਿਹੜਾ ਵਿਦਿਆਰਥੀ ਹੈ ਉਹਦਾ ਸਭ ਤੋਂ ਜਿਹੜਾ ਮਹੱਤਵਪੂਰਨ ਗੁਣ ਹੁੰਦਾ ਹੈ ਆਤਮ ਅਨੁਸ਼ਾਸਨ ਮੀਨਸ ਆਪਣੇ ਆਪ ਨੂੰ अनुशासन ਦੇ ਵਿੱਚ ਖੁਦ ਹੀ ਰੱਖਦਾ ਹੋਵੇ ਵਿਦਿਆਰਥੀ ਮੀਨਜ਼ ਉਹ ਆਪਣੇ ਜਿਹੜੀਆਂ ਵੀ ਕੋਈ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਦੇ ਪ੍ਰਤੀ ਖੁਦ ਹੀ ਉਹ ਸੁਚੇਤ ਰਹਿੰਦਾ ਅਵੇਅਰ ਰਹਿੰਦਾ ਹੈ ਤੇ ਇਸ ਤਰੀਕੇ ਦੇ ਨਿਰਣੇ ਲੈਂਦਾ ਹੈ ਜੋ ਉਹਦੇ ਲਈ ਆਪਣੇ ਤੇ ਬਾਕੀਆਂ ਦੇ ਲਈ ਵੀ ਸਹੀ ਹੋਵੇ ਪੋਜ਼ਿਟਿਵ ਐਟੀਟਿਊਡ ਜਿਹੜਾ ਉਹ ਦ੍ਰਿਸ਼ਟੀਕੋਣ ਹੈ ਉਹ ਪੋਜ਼ਿਟਿਵ ਹੋਣਾ ਚਾਹੀਦਾ ਹੈ ਤੇ ਉਹ ਕੁਝ ਨਵਾਂ ਸਿੱਖਣ ਤੇ ਸਖਤ ਮਿਹਨਤ ਕਰਨ ਦੀ ਜਿਹੜੀ ਇੱਛਾ ਹੈ ਵਿਦਿਆਰਥੀ ਦੇ ਸਿੱਖਿਆ ਸੰਬੰਧੀ ਚੰਗੇ ਦ੍ਰਿਸ਼ਟੀਕੋਣ ਨੂੰ ਐਟੀਟਿਊਡ ਨੂੰ ਦਰਸਾਉਂਦੀ ਹੈ ਤੇ ਇਹ ਵਿਦਿਆਰਥੀ ਦੇ ਅੰਦਰ ਇਸ ਤਰ੍ਹਾਂ ਦੀ ਯੋਗਤਾ ਹੈ ਜਿਹੜੀ ਕਿ ਵਿਦਿਆਰਥੀ ਨੂੰ ਨਵੀਆਂ ਚੀਜ਼ਾਂ ਤੇ ਨਵੇਂ ਵਿਸ਼ੇ ਸਿੱਖਣ ਦੇ ਲਈ ਉਹਨਾਂ ਨੂੰ ਉਤੇਜਿਤ ਕਰਦੀ ਹੈ ਇਸ ਕਰਕੇ ਉਹਦਾ ਜਿਹੜਾ ਦ੍ਰਿਸ਼ਟੀਕੋਣਾ ਉਹ ਵੀ ਪੋਜ਼ਿਟਿਵ ਹੋਣਾ ਜ਼ਰੂਰੀ ਹੈ ਨੈਕਸਟ ਹੈ ਅਕਾਦੈਮਿਕ ਸਕਿਲਸ ਅਕਾਦੈਮਿਕ ਹੁਨਰ ਅਕਾਦੈਮਿਕ ਜਿਹੜੇ ਹੁਨਰ ਨੇ ਉਹਨਾਂ ਦੀ ਪ੍ਰਾਪਤੀ ਵੀ ਵਿਦਿਆਰਥੀ ਦੇ ਸਭ ਨਾਲੋਂ ਜਿਹੜੇ ਵੱਧ ਹੋਰ ਸਕਿਲਸ ਨੇ ਉਹਨਾਂ ਨਾਲੋਂ ਇੰਪੋਰਟੈਂਟ ਹੈ ਸਹੀ ਢੰਗ ਨਾਲ ਉਹਨੇ ਪੜ੍ਹਨਾ ਫਲੂਐਂਟਲੀ ਬੋਲਣਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਿਖਣਾ ਸਪਸ਼ਟ ਢੰਗ ਦੇ ਨਾਲ ਮੀਨਸ ਕਲੀਅਰਲੀ ਜਿਹੜਾ ਕਮਿਊਨਿਟੀ ਕਮਿਊਨੀਕੇਟ ਕਰਨਾ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਰਿਆਵਾਂ ਨੇ ਜਿਹੜੀਆਂ ਸਕਿੱਲਸ ਨੇ ਉਹ ਵਿਦਿਆਰਥੀ ਦੇ ਵਿੱਚ ਸਹੀ ਹੋਣੀਆਂ ਜ਼ਰੂਰੀ ਨੇ ਨੈਕਸਟ ਹੈ ਰਿਸਪੈਕਟ ਫॉर ਆਦਰਸ ਇੱਕ ਜਿਹੜਾ ਚੰਗਾ ਵਿਦਿਆਰਥੀ ਹੈ ਉਹ ਦੂਸਰਿਆਂ ਦੇ ਨਾਲ ਇਸ ਤਰ੍ਹਾਂ ਦਾ ਬਿਹੇਵੀਅਰ ਕਰਦਾ ਹੈ ਜਿਸ ਤਰ੍ਹਾਂ ਦਾ ਉਹ ਦੂਸਰਿਆਂ ਕੋਲੋਂ ਆਪਣੇ ਲਈ ਚਾਹੁੰਦਾ ਹੈ ਮੀਨਸ ਜਿਹੜਾ ਹਰ ਇੱਕ ਵਿਦਿਆਰਥੀ ਹੈ ਜੇ ਦੂਸਰੇ ਜਦੋਂ ਰਿਸਪੈਕਟ ਕਰੇਗਾ ਤਾਂ ਉਹਨੂੰ ਜਿਹੜੀ ਦੂਸਰਿਆਂ ਤੋਂ ਰਿਸਪੈਕਟ ਹੈ ਉਹ ਆਟੋਮੈਟਿਕਲੀ ਮਿਲੇਗੀ ਇਸ ਕਰਕੇ ਜਿਹੜਾ ਚੰਗਾ ਵਿਦਿਆਰਥੀ ਉਹਦਾ ਗੁਣ ਕਿ ਉਹ ਦੂਸਰਿਆਂ ਦੀ ਜਿਹੜੀ ਇੱਜ਼ਤ ਹੈ ਰਿਸਪੈਕਟ ਹੈ ਸਤਿਕਾਰ ਹੈ ਉਹ ਕਰਦਾ ਹੋਵੇ ਨੈਕਸਟ ਹੈ ਇਨੀਸ਼ੀਏਟਿਵ ਮੀਨਸ ਪਹਿਲ ਕਦਮੀ ਕਰਨ ਵਾਲਾ ਕੋਈ ਵੀ ਉਹਨੂੰ ਕੰਮ ਦਿੱਤਾ ਤਾਂ ਉਹਦੇ ਵਿੱਚ ਉਹ ਜਿਹੜੀ ਆਪਣੀ ਪਹਿਲ ਕਦਮੀ ਉਹ ਦਿਖਾਏਗਾ ਆਪਣੇ ਜਿਹੜੇ ਕੰਮਾਂ ਨੂੰ ਸਹੀ ਤਰੀਕੇ ਨਾਲ ਟਾਈਮ ਸਿਰ ਪੂਰਾ ਕਰੇਗਾ ਤੇ ਪੂਰੀ ਡੈਡੀਕੇਸ਼ਨ ਦੇ ਨਾਲ ਕਰੇਗਾ ਨੈਕਸਟ ਹੈ ਰੈਸ਼ਨਲ ਮਾਈਂਡ ਤਰਕਸ਼ੀਲ ਦਿਮਾਗ ਮੀਨਸ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਸਿਰਫ ਸੂਚਨਾ ਹੀ ਇਕੱਠੀ ਕਰਦੇ ਨੇ ਜਰਕੇ ਜਿਹੜਾ ਬੱਚਾ ਹੈ ਰੈਸ਼ਨਲ ਮਾਈਂਡ ਹੋਣਾ ਜ਼ਰੂਰੀ ਹੈ ਰੈਸ਼ਨਲ ਮਾਈਂਡ ਮੀਨਸ ਸੂਚਨਾਵਾਂ ਨੂੰ ਆਪਾਂ ਨੇ ਪ੍ਰਾਪਤ ਵੀ ਕਰਨਾ ਹੈ ਮੁਲਾਂਕਣ ਵੀ ਕਰਨਾ ਹੈ ਤੇ ਉਹਨਾਂ ਨੂੰ ਸਹੀ ਤੇ ਇਫੈਕਟਿਵਲੀ ਉਪਯੋਗ ਵੀ ਕਰਨਾ ਹੈ ਇੱਕ ਜਿਹੜਾ ਵਿਦਿਆਰਥੀ ਖੁੱਲੇ ਦਿਮਾਗ ਦਾ ਮਾਲਕ ਹੁੰਦਾ ਹੈ ਤੇ ਇਸ ਕਰਕੇ ਉਹ ਨਵੇਂ ਵਿਚਾਰਾਂ ਤੇ ਜਿਹੜੇ ਕੋਈ ਤੱਥ ਹੁੰਦੇ ਨੇ ਫੈਕਟਸ ਹੁੰਦੇ ਨੇ ਉਹਨਾਂ ਨੂੰ ਸਵੀਕਾਰ ਵੀ ਕਰਦਾ ਹੈ ਤੇ ਇਹਨਾਂ ਦਾ ਉਹ ਅਨਾਲਿਸਿਸ ਵੀ ਕਰਦਾ ਹੈ ਅਨਾਲਿਸਿਸ ਲੌਜੀਕਲੀ ਕਰਦਾ ਹੈ ਤੇ ਇਸ ਕਰਕੇ ਜਿਹੜਾ ਸਟੂਡੈਂਟ ਹੋ ਰੈਸ਼ਨਲ ਮਾਈਂਡ ਹੋਣਾ ਜ਼ਰੂਰੀ ਹੈ ਨੈਕਸਟ ਹੈ ਹਿਊਮਿਲਟੀ ਮੀਨਸ ਨਿਮਾਣਾਪਣ ਹੁਣ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਨਿਮਾਣਾਪਣ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਵਿਦਿਆਰਥੀ ਹੈ ਅਗਰ ਉਹਦੇ ਕੋਈ ਗਲਤੀ ਹੋ ਜਾਂਦੀ ਹੈ ਬੱਚਾ ਆਪਣੀ ਗਲਤੀ ਨੂੰ ਮੰਨ ਰਿਹਾ ਹੈ ਮੀਨਸ ਉਹ ਆਪਣੀ ਜਿਹੜੀ ਨਿਮਰਤਾ ਉਹ ਦਿਖਾ ਰਿਹਾ ਹੈ ਤੇ ਇਹ ਗੁਣ ਉਹਦੇ ਵਿੱਚ ਹੋਣਾ ਜ਼ਰੂਰੀ ਹੈ ਭਾਵੇਂ ਬੱਚੇ ਨੂੰ ਕਿੰਨੀ ਮਰਜ਼ੀ ਹੀ ਨੌਲੇਜ ਹੋਵੇ ਬਟ ਉਹ ਉਹਨੇ ਸਿੱਖਣਾ ਆਪਣੀ ਟੀਚਰ ਤੋਂ ਹੀ ਹੁੰਦਾ ਇਸ ਕਰਕੇ ਉਹਨੇ ਆਪਣੇ ਟੀਚਰ ਤੋਂ ਜੇਕਰ ਉਹਨੂੰ ਕੋਈ ਝਿੜਕ ਪੈਂਦੀ ਵੀ ਹੈ ਕੋਈ ਬੱਚੇ ਕੋਲੋਂ ਗਲਤੀ ਹੋ ਵੀ ਜਾਂਦੀ ਹੈ ਟੀਚਰ ਉਹਨੂੰ ਝਿੜਕਰ ਹੈ ਤਾਂ ਉਹਨੇ ਜਿਹੜੀ ਆਪਣਾ ਨਿਮਾਣਾਪਣ ਹੈ ਆਪਣੀ ਹਿਊਮਿਲਟੀ ਉਹ ਦਿਖਾਉਣੀ ਹੈ ਨੈਕਸਟ ਹੈ ਪਰਸਪੈਕਟਿਵਨੈਸ ਮੀਨਸ ਸੰਵੇਦਨਸ਼ੀਲਤਾ ਇੱਕ ਜਿਹੜਾ ਚੰਗਾ ਵਿਦਿਆਰਥੀ ਆਪਣੀ ਕਲਾਸ ਦੇ ਹੋਰ ਵਿਦਿਆਰਥੀਆਂ ਦੇ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦਾ ਹੈ ਉਹ ਕਿਸੇ ਵੀ ਲੇਖਕ ਦੇ ਦੁਆਰਾ ਜਿਹੜੇ ਲਿਖੇ ਹੋਏ ਸ਼ਬਦ ਹੁੰਦੇ ਨੇ ਉਹਨਾਂ ਨੂੰ ਬਹੁਤ ਜਲਦੀ ਤੇ ਕਲੀਅਰਟੀ ਨਾਲ ਸਮਝ ਲੈਂਦਾ ਹੈ ਤੇ ਉਹ ਸਾਰੀਆਂ ਜਿਹੜੀਆਂ ਕੋਈ ਹੋਰ ਕੰਪਲਿਕੀਸ਼ਨਸ ਹੁੰਦੀਆਂ ਨੇ ਉਹਨਾਂ ਦੇ ਬਾਵਜੂਦ ਵੀ ਜਿਹੜਾ ਕੋਈ ਵੀ ਕਿਸੇ ਵੀ ਪ੍ਰੋਬਲਮ ਦਾ ਫੋਕਸ ਹੁੰਦਾ ਹੈ ਉਹਨੂੰ ਸਹੀ ਤਰੀਕੇ ਨਾਲ ਪਛਾਣ ਕਰ ਸਕਦਾ ਹੈ ਨੈਕਸਟ ਹੈ ਬ੍ਰਾਡ ਇੰਟਰਸਟਸ ਅਲੱਗ-ਅਲੱਗ ਤਰ੍ਹਾਂ ਦੀਆਂ ਰੁਚੀਆਂ ਹੁਣ ਜਿਹੜਾ ਚੰਗਾ ਵਿਦਿਆਰਥੀ ਹੁੰਦਾ ਉਹਦੀਆਂ ਜਿਹੜੀਆਂ ਰੁਚੀਆਂ ਨੇ ਉਹ ਵੀ ਬ੍ਰਾਡ ਹੋਣੀਆਂ ਮੀਨਸ ਉਹ ਵੱਖ-ਵੱਖ ਰੁਚੀਆਂ ਇੱਕ ਨਹੀਂ ਕਾਫੀ ਜ਼ਿਆਦਾ ਰੁਚੀਆਂ ਰੱਖਦਾ ਹੁੰਦਾ ਜਿਵੇਂ ਕਿ ਬੱਚਾ ਪੜ੍ਹਨ ਦੇ ਵਿੱਚ ਤਾਂ ਬਹੁਤ ਅੱਛਾ ਹੋਏ ਗਏ ਨਾਲ ਨਾਲ ਲਾਇਬ੍ਰੇਰੀ ਦੇ ਵਿੱਚੋਂ ਹੋਰ ਬੁੱਕਸ ਰੀਡ ਕਰਨਾ ਕੋਈ ਇਨਫਾਰਮੇਸ਼ਨ ਇਕੱਤਰ ਕਰਨਾ ਐਕਸਟਰਾ ਜਿਹੜੀਆਂ ਕੋ ਕਰਿਕੂਲਰ ਐਕਟੀਵਿਟੀਆਂ ਨੇ ਉਹਨਾਂ ਵਿੱਚ ਪਾਰਟਿਸਿਪੇਟ ਕਰਨਾ ਉਸ ਤੋਂ ਬਿਨਾ ਕੁਝ ਜਿਹੜੀ ਨੋਵਲਟੀ ਆ ਆਪਣੇ ਕੰਮ ਦੇ ਵਿੱਚ ਉਹ ਲੈ ਕੇ ਆਉਣਾ ਨੈਕਸਟ ਹੈ ਹਾਰਡ ਵਰਕਰ ਇੱਕ ਜਿਹੜਾ ਚੰਗਾ ਵਿਦਿਆਰਥੀ ਹੈ ਉਹ ਮਿਹਨਤੀ ਵੀ ਹੁੰਦਾ ਹੈ ਇਹ ਗੁਣੋ ਦੇ ਵਿੱਚ ਜ਼ਰੂਰ ਹੁੰਦਾ ਹੈ ਬੱਚਾ ਭਾਵੇਂ ਆਪਣਾ ਸਿਰਫ ਅਕਾਡੈਮਿਕ ਕੰਮ ਕਰ ਰਿਹਾ ਹੈ ਜਾਂ ਫਿਰ ਉਹ ਕੋ ਕਰਿਕੂਲਰ ਐਕਟੀਵਿਟੀਜ਼ ਵਾਲਾ ਜਾਂ ਫਿਰ ਘਰ ਦੇ ਵਿੱਚ ਜਾਂ ਸੋਸਾਇਟੀ ਦੇ ਲਈ ਤਾਂ ਉਥੇ ਹਰ ਤਰ੍ਹਾਂ ਦੇ ਕੰਮ ਨੂੰ ਜਿਹੜਾ ਬੱਚਾ ਉਹ ਪੂਰੇ ਮਿਹਨਤੀ ਜਿਹੜੀ ਮਿਹਨਤ ਦੇ ਨਾਲ ਹੀ ਕਰੇਗਾ ਨੈਕਸਟ ਗੁੱਡ ਸਿਟੀਜ਼ਨ ਇੱਕ ਜਿਹੜਾ ਚੰਗਾ ਵਿਦਿਆਰਥੀ ਉਹਦੇ ਚ ਅਗਲਾ ਗੁਣ ਇਹ ਹੋਣਾ ਚਾਹੀਦਾ ਕਿ ਉਹ ਚੰਗਾ ਜਿਹੜਾ ਸਿਟੀਜ਼ਨ ਹੈ ਵਧੀਆ ਨਾਗਰਿਕ ਹੈ ਉਹ ਹੋਵੇ ਕਿਉਂਕਿ ਇੱਕ ਜਿਹੜਾ ਅੱਛਾ ਨਾਗਰਿਕ ਉਹ ਬਣ ਸਕਦਾ ਜਿਹਦੇ ਕੋਲ ਅੱਛੀ education ਦੇ ਨਾਲ ਨਾਲ ਜਿਹੜੀਆਂ moral values ਨੇ ਉਹਨਾਂ ਦੇ ਨਾਲ ਨੈਕਸਟ ਹੈ ਰਿਸਪਾਂਸਿਬਲ ਜ਼ਿੰਮੇਵਾਰ ਵੀ ਹੋਣਾ ਚਾਹੀਦਾ ਹੈ ਭਾਵੇਂ ਉਹਨੂੰ ਸਕੂਲ ਦੇ ਵਿੱਚੋਂ ਭਾਵੇਂ ਘਰ ਦੇ ਵਿੱਚੋਂ ਭਾਵੇਂ ਸੋਸਾਇਟੀ ਦੇ ਕਿਸੇ ਕੰਮ ਦੇ ਲਈ ਕੋਈ ਰਿਸਪਾਂਸਿਬਿਲਟੀ ਦਿੱਤੀ ਜਾਂਦੀ ਹੈ ਤਾਂ ਉਹਨੂੰ ਪੂਰੀ ਜਿਹੜੀ ਤਨਦੇਹੀ ਹੈ ਉਹਦੇ ਨਾਲ ਨਿਭਾਉਣ ਵਾਲਾ ਮੀਨਸ ਕਿ ਜ਼ਿੰਮੇਵਾਰ ਹੋਣਾ ਜ਼ਰੂਰੀ ਹੈ ਨੈਕਸਟ ਹੈ ٹرسٹਵਰਦੀਨੈਸ ਤੇ ਵਿਸ਼ਵਾਸਪਾਤਰ ਵੀ ਹੋਣਾ ਚਾਹੀਦਾ ਹੈ ਮੀਨਸ ਕਿਉਂਕਿ ਜਿਹੜਾ ਅਧਿਆਪਕ ਹੈ ਉਹ ਇਹ ਦੇਖਦਾ ਹੁੰਦਾ ਕਿ ਜਿਹੜੇ ਬੱਚੇ ਨੇ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਕਿਸ ਤਰੀਕੇ ਨਾਲ ਕੰਮ ਕਰਨਾ ਮਤਲਬ ਕਿਉਂਕਿ ਕੁਝ ਬੱਚੇ ਦੇਖੋ ਝੋਠ ਬੋਲਦੇ ਆ ਵੀ ਮੈਂ ਕੰਮ ਕਿਉਂ ਨਹੀਂ ਕੀਤਾ ਹੁਣ ਜੇਕਰ ਇੱਕ ਬੱਚਾ ਡੇਲੀ ਕੰਮ ਕਰ ਰਿਹਾ ਹੈ ਬਹੁਤ ਅੱਛਾ ਪਰਫਾਰਮ ਕਰ ਰਿਹਾ ਹੈ ਬਟ ਉਹਦਾ ਇੱਕ ਦਿਨ ਕੰਮ ਨਹੀਂ ਕੀਤਾ ਹੈ ਜੇ ਬੱਚਾ ਅਧਿਆਪਕ ਨੂੰ ਆਪਣੀ ਜਿਹੜੀ ਅਸਰ ਪ੍ਰੋਬਲਮ ਹੈ ਦੱਸੇਗਾ ਤਾਂ ਅਧਿਆਪਕ ਨੂੰ ਤੇ ਵਿਸ਼ਵਾਸ ਹੋਏਗਾ ਕਿ ਹਾਂ ਇਹ ਬੱਚੇ ਦੀ ਜਿਹੜੀ ਵਾਕਈ ਹੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਇਹਨੇ ਕਦੇ ਵੀ ਕੋਈ ਇਸ ਤਰ੍ਹਾਂ ਦਾ ਐਕਸਕਿਊਜ਼ ਨਹੀਂ ਦਿੱਤਾ ਇਸ ਕਰਕੇ ਜਿਹੜਾ ਚੰਗਾ ਵਿਦਿਆਰਥੀ ਹੈ ਉਹ ਵਿਸ਼ਵਾਸਪਾਤਰ ਹੋਣਾ ਜ਼ਰੂਰੀ ਹੈ ਟੀ ਤੇ ਮਾਤਾ ਪਿਤਾ ਦਾ ਵੀ ਨਾਲ ਨਾਲ ਆਪਣੇ ਫਰੈਂਡਸ ਦਾ ਵੀ ਔਨੈਸਟੀ ਇਮਾਨਦਾਰ ਵੀ ਹੋਣਾ ਜ਼ਰੂਰੀ ਹੈ ਕਿਉਂਕਿ ਇਮਾਨਦਾਰੀ ਇੱਕ ਐਸ ਤਰ੍ਹਾਂ ਦਾ ਗੁਣਾ ਹੈ ਜਿਹਦੇ ਤੋਂ ਬਿਨਾ ਕੋਈ ਵੀ ਜਿਹੜਾ ਵਿਦਿਆਰਥੀ ਹੈ ਭਾਵੇਂ ਹਿਊਮਨ ਬੀਿੰਗ ਹੈ ਕੋਈ ਵੀ ਵਿਅਕਤੀ ਹੈ ਉਹ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਤੇ ਇੱਕ ਜਿਹੜਾ ਚੰਗਾ ਵਿਦਿਆਰਥੀ ਉਹ ਹਮੇਸ਼ਾ ਹੀ ਇਮਾਨਦਾਰ ਹੁੰਦਾ ਹੈ ਤੇ ਉਹ ਹਮੇਸ਼ਾ ਹੀ ਸੱਚ ਬੋਲਦਾ ਹੈ ਤੇ ਕਿਸੇ ਵੀ ਤਰ੍ਹਾਂ ਜਿਹੜੀ ਸਕੂਲ ਦੀ ਪ੍ਰਾਪਰਟੀ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਓਬੀਡੀਅੰਟ ਆਗਿਆਕਾਰ ਵੀ ਹੁੰਦਾ ਹੈ ਬੱਚਾ ਉਹ ਆਪਣੇ ਅਧਿਆਪਕਾਂ ਦੀ ਆਪਣੇ ਜਿਹੜੇ ਮਾਤਾ ਪਿਤਾ ਦੀ ਜਿਹੜੀ ਆਗਿਆ ਹੈ ਜਾਂ ਉਸ ਤੋਂ ਜਿਹੜੇ ਹੋਰ ਵੱਡੇ ਨੇ ਉਹਨਾਂ ਦੀ ਆਗਿਆ ਦਾ ਪਾਲਣ ਹਮੇਸ਼ਾ ਕਰਦਾ ਏ ਤੇ ਉਹਨਾਂ ਨੂੰ ਨਿਰਾਸ਼ ਨਹੀਂ ਕਰਦਾ ਕੋਆਪਰੇਟਿਵ ਸਹਿਯੋਗੀ ਵੀ ਹੁੰਦਾ ਏ ਉਹ ਆਪਣੇ ਅਧਿਆਪਕਾਂ ਨੂੰ ਵੀ ਸਹਿਯੋਗ ਕਰਦਾ ਏ ਤੇ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਜਿਨ੍ਹਾਂ ਨਾਲ ਉਹ ਪੜ੍ਹ ਰਿਹਾ ਉਹਨਾਂ ਨੂੰ ਵੀ ਸਹਿਯੋਗ ਕਰਦਾ ਏ ਗੁੱਡ ਫਰੈਂਡ ਆਪਣੇ ਜਿਹੜੇ ਕਲਾਸਮੇਟਸ ਨੇ ਸਕੂਲ ਦੇ ਹੋਰ ਬੱਚੇ ਨੇ ਤਾ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਫਰੈਂਡਸ਼ਿਪ ਹੈ ਉਹ ਸਟੂਡੈਂਟਸ ਦੀ ਵਧੀਆ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਚੰਗੇ ਗੁਣ ਹੋਣਗੇ ਉਹ ਬੱਚੇ ਹੀ ਚੰਗੇ ਫਰੈਂਡ ਦਾ ਜਿਹੜਾ ਰੋਲ ਆ ਉਹ ਨਿਭਾ ਸਕਦੇ ਨੇ ਨੈਕਸਟ ਹੈ ਗੁੱਡ ਮੈਮਰੀ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਮੈਮਰੀ ਆ ਉਹ ਵੀ ਸ਼ਾਰਪ ਹੁੰਦੀ ਹੈ ਮੀਨਸ ਉਹਨੂੰ ਐਸੀ ਕਹਾਂਗੇ ਇੱਕ ਗੁੱਡ ਸਟੂਡੈਂਟ ਗੁੱਡ ਸਟੂਡੈਂਟ ਦੀ ਕੁਆਲਿਟੀ ਹੋਏਗੀ ਕਿ ਉਹਦੇ ਕੋਲ ਜਿਹੜੀ ਮੈਮਰੀ ਉਹ ਵੀ ਗੁੱਡ ਹੋਏਗੀ ਸੋਲੂਸ਼ਨ ਆਫ ਪ੍ਰੋਬਲਮਸ ਤੇ ਜਿਹੜਾ ਗੁੱਡ ਸਟੂਡੈਂਟ ਉਹਦੀ ਅਗਲੀ ਕੁਆਲਿਟੀ ਇਹ ਕਿ ਉਹ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਸੋਲੂਸ਼ਨ ਖੁਦ ਹੀ ਲੱਭਣ ਦੇ ਯੋਗ ਹੁੰਦਾ ਹੈ ਉਹ ਆਪਣੀਆਂ ਜਿਹੜੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਸੋਲੂਸ਼ਨ ਵੀ ਖੁਦ ਲੱਭੇਗਾ ਤੇ ਉਸ ਪ੍ਰੋਬਲਮ ਦੇ ਵਿੱਚੋਂ ਬਾਹਰ ਵੀ ਆਏਗਾ ਨੈਕਸਟ ਆ ਅਵੇਅਰ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਸਟੂਡੈਂਟ ਹੁੰਦੇ ਨੇ ਅਵੇਅਰ ਹੁੰਦੇ ਨੇ ਮੀਨਸ ਉਹਨਾਂ ਨੂੰ ਚੰਗੇ ਤੇ ਮਾੜੇ ਦੀ ਜਿਹੜੀ ਪਹਿਚਾਣ ਹੈ ਉਹ ਹੁੰਦੀ ਹੈ ਤੇ ਇਸ ਕਰਕੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਅਵੇਅਰ ਹੋਣਾ ਵੀ ਜ਼ਰੂਰੀ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਇੱਕ ਜਿਹੜੇ ਚੰਗੇ ਵਿਦਿਆਰਥੀ ਦੇ ਗੁਣ ਨੇ ਉਹ ਤੁਹਾਨੂੰ ਸਮਝ ਆ ਗਏ ਹੋਣਗੇ ਹੁਣ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਰੋਲ ਆਫ ਅ ਸਟੂਡੈਂਟ ਇੱਕ ਜਿਹੜਾ ਵਿਦਿਆਰਥੀ ਉਹਦੀ ਕਿਹੜੀ ਕਿਹੜੀ ਜਿਹੜੀ ਭੂਮਿਕਾ ਉਹ ਹੁੰਦੀ ਹੈ ਥੈਂਕਸ ਫॉर ਵਾਚਿੰਗ